ਹਰਾਣੀ ਸਾਹਿਬ ਨੂੰ ਤਿੰਨ ਵਾਰੀ ਜਿਤਾ ਚੁੱਕੇ ਹੈ, ਚੌਥਾ ਵਾਰੀ ਕਿਸੇ ਵਜ੍ਹਾ ਪਿੱਛੋਂ ਰਹਿ ਗਏ ਨੇ। ਲੇਕਿਨ ਇਸ ਨੂੰ ਬਦਲਣਾ, ਅਸੀਂ ਪਹਿਲਾਂ ਤਾਂ ਲੜਾਈ ਕਰੀਏ ਮਹਾਰਾਣੀ ਪਰਨੀਤ ਕੌਰ ਨਾਲ, ਫਿਰ ਇਸ ਨੂੰ ਸਾਂਭੀਏ ਧਰਮਵੀਰ ਗਾਂਧੀ ਨੂੰ, ਕਿਤਨਾ ਔਖਾ, ਬਹੁਤ ਔਖਾ। ਅਸੀਂ ਘਰ ਦੀ ਲੜਾਈ ਵੀ ਲੜਨੀ ਹੈ, ਇਸ ਕਰਕੇ ਸਾਰੇ ਹਾਈ ਕਮਾਂਡ ਨੂੰ ਤਾਂ ਪਤਾ ਹੀ ਹੈ ਵੀ ਇਹ ਪਿਓਰ ਕਾਂਗਰਸ ਜ਼ਿਲ੍ਹਾ ਹੈ। ਦੇਖੋ ਸਾਡੇ ਪੰਜ ਦੁਰਿੰਦਰ ਚਲੇ ਗਏ ਨੇ, ਚਾਰ ਕੈਪਟਨ ਅਮਰਿੰਦਰ ਸਿੰਘ ਚਲਾ ਗਿਆ, ਮਹਾਰਾਣੀ ਪਰਨੀਤ ਕੌਰ ਚਲੀ ਗਈ ਹੈ, ਸੁਨੀਲ ਜਾਖੜ ਚਲਾ ਗਿਆ, ਰਵਨੀਤ ਬਿੱਟੂ ਚਲਾ ਗਿਆ। ਤੁਸੀਂ ਕਿਆ ਸਮਝਦੇ ਹੋ ਸਾਡੇ 'ਚ ਉਹ ਜੋਸ਼ ਰਹਿ ਗਿਆ? ਜੋਸ਼ ਨੂੰ ਬਰਕਰਾਰ ਰੱਖਣਾ ਤਾਂ ਸਾਡੀ ਗੱਲ ਸੁਣੀ ਜਾਏਗੀ, ਔਰ ਜਿਹੜੀ ਹਾਈ ਕਮਾਂਡ ਹੈ ਉਹਨੂੰ ਸਾਡੀ ਗੱਲ ਮੰਨਣੀ ਪੈਣੀ ਹੈ। ਇੰਨੀ ਜ਼ਬਰਦਸਤ ਸਾਡੀ ਕੰਪੇਨਿੰਗ ਹੈ, ਅਸੀਂ 50-50 ਸਾਲ ਤੋਂ ਲੱਗੇ ਹੋਏ ਹੈ, ਸਾਡੇ ਜਿਹੜੇ 3-4 ਪੀੜ੍ਹੀਆਂ ਤੋਂ ਕਾਂਗਰਸੀ ਹੈ, ਸਾਡਾ ਪਰਿਵਾਰ ਇੰਨਾ ਜ਼ਬਰਦਸਤ ਹੈ, ਅਸੀਂ ਸੋਚ ਨਹੀਂ ਸਕਦੇ, ਅਸੀਂ ਅੱਜ ਤੱਕ ਦੂਸਰੀ ਗੱਲ ਹੀ ਨਹੀਂ ਸੁਣੀ। ਸਾਡਾ ਤਾਂ ਐਵੇਂ ਕੋਈ ਉਹ ਨਾ ਸਮਝੋ ਵਰਕਰਾਂ ਨੂੰ ਵੀ ਡੁਗਡੁਗੀ ਵਜਾਓ ਤਾਂ ਨੱਚਣ ਪੈ ਜਾਣਗੇ। ਕਈ ਵਾਰੀ ਵਰਕਰ ਇਸ ਤਰ੍ਹਾਂ ਪਰੇਸ਼ਾਨ ਹੋ ਜਾਂਦਾ, ਇਹ ਜਿਹੜੀ ਮੀਟਿੰਗ ਹੈ ਇਹਦਾ ਮਤਲਬ ਤੁਸੀਂ ਆਪ ਸਮਝ ਜਾਓ। ਅਗਰ ਕਾਂਗਰਸ ਨੂੰ ਮਿਲ ਰਹੀ ਹੁੰਦੀ, ਸ਼ਾਇਦ ਇਕੱਠ ਨਾ ਹੁੰਦਾ, ਸ਼ਾਇਦ ਤੁਸੀਂ ਵੀ ਨਾ ਆਉਂਦੇ। ਸਿੱਧੀ ਜੀ ਗੱਲ ਹੈ, ਅੱਜ ਤੁਸੀਂ ਆਏ ਹੋ, ਤੁਹਾਨੂੰ ਇੱਜ਼ਤ ਨਾਲ ਬੁਲਾਇਆ, ਤਾਂ ਅਸੀਂ ਅੱਜ ਆਪਣਾ ਵਿਰੋਧ ਜ਼ਾਹਿਰ ਕਰ ਰਹੇ ਹਾਂ ਵੀ ਟਿਕਟ ਕਾਂਗਰਸ ਨੂੰ ਹੀ ਮਿਲਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ, ਇੰਡੀਅਨ ਨੈਸ਼ਨਲ ਕਾਂਗਰਸ। ਮੇਰਾ ਨਾਮ ਬਲਵਿੰਦਰ ਸਿੰਘ, ਮੈਂ ਰਾਜਪੇ ਤੋਂ ਜੀ, 22 ਨੰਬਰ ਵਾਰਡ ਤੋਂ MC ਹਾਂ ਜੀ। ਸਾਡਾ ਮਕਸਦ ਇਹ ਹੈ ਵੀ ਜਿਹੜੇ ਬੰਦੇ 20-30 ਸਾਲ 'ਚੋਂ ਕਾਂਗਰਸ ਪਾਰਟੀ 'ਚ ਕੰਮ ਕਰ ਰਹੇ ਹਨ, ਉਸ ਪਰਿਵਾਰਾਂ ਦੇ ਵਿੱਚੋਂ ਜਿਹੜੀ ਪਾਰਲੀਮੈਂਟ ਦੀ ਟਿਕਟ ਦਿੱਤੀ ਜਾਵੇ। ਜੇ ਕੋਈ ਬਾਹਰੋਂ ਬੰਦਾ ਲਿਆ ਕੇ ਟਿਕਟ ਦੇਣ ਦੀ ਕੋਸ਼ਿਸ਼ ਕੀਤੀ, ਅਸੀਂ ਬਾਈਕਾਟ ਕਰਾਂਗੇ, ਅਸੀਂ ਬੂਥਾਂ 'ਤੇ ਨਹੀਂ ਬੈਠਣਾ, ਬਿਲਕੁਲ ਅਸੀਂ ਬਾਹਰੀ ਉਮੀਦਵਾਰ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜੇ ਟਿਕਟ ਦੇਣੀ ਤਾਂ ਟਕਸਾਲੀ ਪਰਿਵਾਰ ਨੂੰ ਟਿਕਟ ਦਿੱਤੀ ਜਾਵੇ। ਕੋਈ ਉਮੀਦਵਾਰ ਬਾਹਰੋਂ ਫੜ ਕੇ ਲਿਆਂਦਾ, ਗਾਂਧੀ ਨੂੰ ਲਿਆਂਦਾ, ਕਿਸ ਨੂੰ ਲਿਆਂਦਾ, ਬਿਲਕੁਲ ਬਾਈਕਾਟ ਕਰਾਂਗੇ, ਵਿਰੋਧ ਕਰਾਂਗੇ, ਅਸੀਂ ਤਾਂ ਬੂਥ ਵੀ ਨਹੀਂ ਲਾਉਣਾ ਜੇ ਇਸ ਤਰ੍ਹਾਂ ਦਾ ਕੋਈ ਫੈਸਲਾ ਇਹਨਾਂ ਨੇ ਲੈਣਾ। ਜੇ ਟਿਕਟ ਮਿਲਦੀ ਹੈ ਤਾਂ ਜਿਹੜੇ 9 ਬਲਾਕ ਪ੍ਰਧਾਨ ਆਏ ਨੇ ਜਾਂ ਵਰਕਰ ਨੇ, ਉਹਨਾਂ ਦਾ ਕੀ ਫੈਸਲਾ ਹੋਊਗਾ? ਅਸੀਂ ਵਿਰੋਧ ਕਰਾਂਗੇ ਜੀ, ਬਿਲਕੁਲ ਡਟ ਕੇ ਵਿਰੋਧ ਕਰਾਂਗੇ, ਬਿਲਕੁਲ ਗਾਂਧੀ ਦੀ ਜੇ ਟਿਕਟ ਦਿੰਦੇ ਨੇ ਅਸੀਂ ਬਿਲਕੁਲ ਨਾਲ ਨਹੀਂ ਚੱਲਾਂਗੇ ਜੀ। ਸਾਡਾ ਅੱਜ ਜੋ ਅੱਜ ਇਕੱਠ ਕੀਤਾ, ਇਸੀ ਸੰਬੰਧ 'ਚ ਅਸੀਂ ਇਕੱਠ ਕੀਤਾ, ਅਸੀਂ ਆਪਣੀ ਪਾਰਟੀ ਨੂੰ ਦੱਸਣ ਵਾਸਤੇ ਇਕੱਠ ਕੀਤਾ ਵੀ ਸਾਡੇ ਹਲਕੇ ਦੇ ਵਿੱਚ, ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਸਾਡੇ ਕਿਸੇ ਵੀ ਪੁਰਾਣੇ ਲੀਡਰ ਨੂੰ ਟਿਕਟ ਦਿੱਤੀ ਜਾਏ, ਨਵੇਂ ਬੰਦੇ ਨੂੰ ਟਿਕਟ ਨਾ ਦਿੱਤੀ ਜਾਏ। ਕਿਸੇ ਦਾ ਜੀ? ਵੜਿੰਗ ਸਾਹਿਬ ਨੇ ਉਹਨਾਂ ਦਾ ਫਰਜ਼, ਵੜਿੰਗ ਸਾਹਿਬ ਦੀ ਇੱਜ਼ਤ ਕਰਦੇ ਹਾਂ। ਜੇ ਪ੍ਰਧਾਨਾਂ ਨੂੰ, ਬਲਾਕ ਪ੍ਰਧਾਨਾਂ ਨੂੰ ਸਨਮਾਨ ਮਿਲਿਆ ਤਾਂ ਸਿਰਫ ਰਾਜਾ ਵੜਿੰਗ ਜੀ ਨੇ ਦਿੱਤਾ। ਅੱਜ ਤੱਕ ਕਿਸੇ ਬਲਾਕ ਪ੍ਰਧਾਨ ਦੀ ਕੋਈ ਪੁੱਛ ਨਹੀਂ ਸੀ, ਪਰ ਹੁਣ ਵੀ ਉਹਨਾਂ ਦਾ ਸਾਨੂੰ ਬੁਲਾ ਕੇ ਬਲਾਕ ਪ੍ਰਧਾਨਾਂ ਨੂੰ ਪੁੱਛਣ ਦਾ, ਸਲਾਹ ਲੈਣ ਦਾ ਫਰਜ਼ ਸੀ ਵੀ ਕਿਹਨੂੰ ਟਿਕਟ ਦੇਣੀ, ਭਾਈ ਦੱਸੋ ਤੁਸੀਂ ਕਿਹਨੂੰ ਚਾਹੁੰਦੇ ਹੋ, ਸਾਨੂੰ ਬਿਲਕੁਲ ਨਹੀਂ ਪੁੱਛਿਆ ਗਿਆ। ਬਿਲਕੁਲ ਜੀ, ਵਿਰੋਧ ਹੋਊਗਾ, ਸਾਰੇ ਪ੍ਰਧਾਨ ਬੈਠੇ ਇੱਥੇ ਮੌਜੂਦ, ਸਾਰੇ ਵਿਰੋਧ ਕਰੂਗਾ। ਮੇਰਾ ਨਾਮ ਜੀ ਬਲਦੇਵ ਸਿੰਘ ਗੱਦੋਮਾਜਰਾ, ਬਲਾਕ ਪ੍ਰਧਾਨ ਦਿਹਾਤੀ ਰਾਜਪੁਰਾ। ਮੈਂ ਘੱਟੋ ਘੱਟ 17-18 ਸਾਲ ਤੋਂ ਬਲਾਕ ਦਾ ਪ੍ਰਧਾਨ ਹਾਂ, ਕੰਟੀਨਿਊ ਚੱਲਦਾ ਰਿਹਾ। ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ, ਇਹਦਾ ਮੇਨ ਮਕਸਦ ਇਹੀ ਹੈ ਵੀ ਕਿਸੇ ਨਵੇਂ ਬੰਦੇ ਨੂੰ ਟਿਕਟ ਨਾ ਦਿੱਤੀ ਜਾਏ। ਜੋ ਪਹਿਲਾਂ ਟਕਸਾਲੀ ਕਾ ਸਾਡੇ ਲੀਡਰ ਨੇ ਕਾਂਗਰਸੀ, ਕੋਈ ਵੀ ਹੈ ਨਹੀਂ ਬਣ, ਉਹਨੂੰ ਟਿਕਟ ਦਿੱਤੀ ਜਾਏ। ਸਾਡੇ 4-5 ਬੰਦੇ ਜਿਹਨਾਂ ਅਪਲਾਈ ਕੀਤਾ, ਉਹਨਾਂ ਸਰਦਾਰ ਲਾਲ ਸਿੰਘ ਜੀ ਨੇ, ਸਾਡੇ ਬਹੁਤ ਸੀਨੀਅਰ ਨੇ, ਹਰਦਿਆਲ ਜੀ ਨੇ ਰਾਜਪੁਰੇ ਤੋਂ ਸਾਬਕਾ MLA, ਹੋਰ ਸਾਡੀ ਇੱਕ ਭੈਣ ਆ, ਉਹਨਾਂ ਨੇ ਅਪਲਾਈ ਕੀਤਾ ਵੀ ਉਹਨਾਂ ਦੇ ਵਿੱਚੋਂ ਜਿਹਨੂੰ ਮਰਜ਼ੀ ਟਿਕਟ ਦੇ ਦਿਓ, ਅਸੀਂ ਪੂਰੇ ਡਟ ਕੇ ਸਾਰੇ ਪ੍ਰਧਾਨ। ਨਵੇਂ ਬੰਦੇ ਕਿਹਨੂੰ ਟਿਕਟ ਨਹੀਂ ਦਿੱਤੀ? ਜਿਹਨੇ ਨਵੇਂ ਬੰਦੇ ਨੂੰ ਜੁਆਇਨ ਕੀਤਾ, ਗਾਂਧੀ ਜੀ ਨੂੰ।
ਉਹਨਾਂ ਹੁਣ ਜੁਆਇਨ ਕੀਤਾ, ਠੀਕ ਹੈ, ਉਹਨਾਂ ਦਾ ਸਾਡੀ ਪਾਰਟੀ ਜੁਆਇਨ ਕੀਤੀ, ਉਹਨਾਂ ਜੀ ਆਇਆਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਟਿਕਟ ਮਿਲ ਜਾਂਦੀ ਹੈ ਤਾਂ ਤੁਸੀਂ ਵਿਰੋਧ ਕਰੋਗੇ? ਬਿਲਕੁਲ ਜੀ, ਵਿਰੋਧ ਕਰਾਂਗੇ। ਨੌਂ ਦੇ ਨੌਂ ਇੱਥੇ ਸਾਡੇ ਹਲਕਿਆਂ ਦੇ ਪ੍ਰਧਾਨ ਅੱਜ ਬੈਠੇ ਨੇ, ਸਾਰਿਆਂ ਨੇ ਇਹੀ ਕਿਹਾ, ਅਸੀਂ ਤਾਂ ਵਿਰੋਧ ਕਰਾਂਗੇ ਜੀ, ਬਿਲਕੁਲ। ਹਾਈ ਕਮਾਂਡ ਕੁਝ ਕਰੀ ਦੇ, ਜਿਹੜੇ 20 ਸਾਲ ਤੋਂ ਤੱਪੜ ਵਿਚਾਰੇ ਨੇ ਉਹ ਕਿੱਥੇ ਜਾਣਗੇ? ਵਰਕਰ ਯਾਨੀ ਕਿ ਵਿਰੋਧ ਹੋਊਗਾ, ਪੱਕਾ ਵਿਰੋਧ ਹੋਊਗਾ। ਮਤਲਬ ਵਰਕਰ ਗਾਂਧੀ ਦੇ ਨਾਲ ਨਹੀਂ ਚੱਲੂਗਾ? ਨਹੀਂ ਚੱਲੂਗਾ ਜੀ, ਬਿਲਕੁਲ ਨਹੀਂ ਚੱਲੂਗਾ। ਸਾਡੇ ਪ੍ਰਧਾਨਾਂ ਦੀ ਮੀਟਿੰਗ ਇੱਥੇ ਕਰਕੇ ਨਾ ਸਾਡੀ ਸਲਾਹ ਲਈ ਨਾ ਸਾਨੂੰ ਪੁੱਛਿਆ। ਸਰ ਤੁਹਾਡਾ ਨਾਮ ਤੇ ਡੈਜ਼ਿਗਨੇਸ਼ਨ ਦੱਸੋ। ਮੇਰਾ ਨਾਮ ਜੀ ਅਸ਼ਵਨੀ ਗੁਪਤਾ ਹੈ, ਪ੍ਰਧਾਨ ਆ ਨਗਰ ਕੌਂਸਲ ਸਮਾਣਾ ਦਾ। ਅਸ਼ਵਨੀ ਜੀ, ਕਿਸ ਤਰ੍ਹਾਂ ਦਾ ਅੱਜ ਜਿਹੜਾ ਵਰਕਰਾਂ ਦਾ ਆਗੂਆਂ ਦਾ ਇਕੱਠ ਹੋਇਆ, ਉਹਦਾ ਮਕਸਦ ਕੀ ਹੈ? ਅੱਜ ਸਾਡੀ ਇੱਥੇ ਜਿਹੜੀ ਮੀਟਿੰਗ ਹੋਈ ਹੈ, ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਹੋਈ ਹੈ, ਲੋਕ ਸਭਾ ਹਲਕਾ ਪਟਿਆਲਾ ਦੀ, ਸਾਰੇ ਜਿਹੜੇ ਪੁਰਾਣੇ ਵਰਕਰ ਹੈ, ਟਕਸਾਲੀ ਕਾਂਗਰਸੀ ਵਰਕਰ ਹੈ, ਜਿਨ੍ਹਾਂ ਦੇ ਪੁਰਖੇ ਵੀ ਕਾਂਗਰਸ 'ਚ ਕੰਮ ਕਰ ਰਹੇ ਹੈ ਬੜੀ ਦੇਰ ਤੋਂ, ਉਹਨਾਂ ਨੇ ਅੱਜ ਮੀਟਿੰਗ ਰੱਖੀ ਸੀ। ਸਾਡਾ ਮੇਨ ਮੀਟਿੰਗ ਦਾ ਜਿਹੜਾ ਮੁੱਦਾ ਹੈ, ਕਾਂਗਰਸ ਪਾਰਟੀ ਕੋਈ BJP ਆ, ਆਮ ਆਦਮੀ ਪਾਰਟੀ ਨਹੀਂ ਹੈ। ਕਾਂਗਰਸ ਪਾਰਟੀ ਦਾ ਇੱਕ ਬਹੁਤ ਵੱਡਾ ਸਮੁੰਦਰ ਹੈ, ਇਹਨਾਂ ਕੋਲ ਕੋਈ ਲੀਡਰਾਂ ਦੀ ਕੋਈ ਕਮੀ ਨਹੀਂ ਹੈ। ਇਹ ਕਿਹੜੀ BJP ਹੈ ਜਿਹੜੀ ਕਾਂਗਰਸ ਦੇ ਸਾਰੇ ਕੈਂਡੀਡੇਟ ਲੈ ਗਏ ਟਿਕਟਾਂ ਕਾਂਗਰਸ ਵਾਲੇ ਬੰਦਿਆਂ ਨੂੰ ਦਿੱਤੀਆਂ, BJP ਵਾਲੇ ਜਿਹੜੀ ਉਹਨਾਂ ਦੀ ਆਪਣੀ ਲੀਡਰਸ਼ਿਪ ਸੀ, ਵਰਕਰ ਸੀ, ਉਹ ਬੜੇ ਮਾਯੂਸ ਹੋਏ ਬੈਠੇ ਹਨ। ਜੇ ਪਾਰਟੀ ਸਾਡੀ ਕਾਂਗਰਸ ਪਾਰਟੀ ਵੀ ਇਹੀ ਕੰਮ ਕਰੇਗੀ ਤਾਂ ਸਾਰੇ ਬੈਠਿਆਂ ਦੇਖੋ ਇਸੀ ਗੱਲ ਦੀ ਮਾਯੂਸੀ। ਕੀ ਕੰਮ ਕਰੇਗੀ, ਕੀ ਮਨਸ਼ਾ ਹੋ ਰਹੀ ਹੈ ਤੁਹਾਨੂੰ? ਮਨਸ਼ਾ ਤਾਂ ਸਾਡੀ ਇਹੀ ਹੈ ਜੀ, ਪੁਰਾਣੇ ਜਿੰਨੇ ਵੀ ਕੰਮ ਕਰੇ, ਮਤਲਬ ਤੁਸੀਂ ਜਿਵੇਂ ਤੁਸੀਂ ਉਹਦੇ ਮੀਟਿੰਗ ਕਰੀ ਹੈ ਜੀ, ਤੁਹਾਡੇ ਦਿਲ 'ਚ ਕੀ ਸਵਾਲ ਹੈ ਵੀ ਟਿਕਟ ਨਹੀਂ ਮਿਲ ਰਹੀ ਤੁਹਾਨੂੰ? ਕੀ ਹੋ ਰਿਹਾ? ਨਹੀਂ, ਟਿਕਟ ਸਾਡੀ ਤਾਂ ਡਿਮਾਂਡ ਇਹੀ ਹੈ ਜੀ, ਸਾਨੂੰ ਸੁਣਨ 'ਚ ਆ ਰਿਹਾ ਕਿ ਇੱਥੇ ਧਰਮਵੀਰ ਗਾਂਧੀ ਨੂੰ ਟਿਕਟ ਦੇ ਰਹੇ ਹਾਂ, ਠੀਕ ਆ, ਕਾਂਗਰਸ ਜੁਆਇਨ ਕਰੀਏ, ਅਸੀਂ ਉਹਨਾਂ ਸਵਾਗਤ ਕਰਦੇ ਹਾਂ ਜਿਵੇਂ ਅਸੀਂ ਵਰਕਰ, ਉਹ ਵੀ ਸਾਡੇ ਨਾਲ ਮਿਲ ਕੇ ਕੰਮ ਕਰਨ, ਪਰ ਜਿਹੜੀ ਟਿਕਟ ਹੈ ਉਹ ਕਿਸੇ ਟਕਸਾਲੀ ਕਾਂਗਰਸੀ ਨੂੰ ਦਿੱਤੀ ਜਾਵੇ ਜਿਹੜੇ ਕਿ 40-40 50-50 ਸਾਲ ਤੋਂ ਪਾਰਟੀ ਲਈ ਕੰਮ ਕਰ ਰਹੇ ਹਾਂ, ਜੇਲ੍ਹਾਂ 'ਚ ਗਏ ਹਾਂ, ਕੁਰਬਾਨੀਆਂ ਦਿੱਤੀਆਂ, ਉਹਨੂੰ ਟਿਕਟ ਦਿੱਤੀ ਜਾਵੇ, ਸਾਡਾ ਮੇਨ ਇਸ਼ੂ ਹੈ। ਜੇ ਆ ਰਿਹਾ ਕਿ ਡਾਕਟਰ ਧਰਮਵੀਰ ਗਾਂਧੀ ਕਾਂਗਰਸ 'ਚ ਆਏ ਇਸੇ ਕਰਕੇ ਹੈ, ਕਿਉਂਕਿ ਉਹ ਟਿਕਟ ਮਿਲੇਗੀ ਉਹਨਾਂ ਨੂੰ? ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਦਿਖਾਵਾਂਗਾ, ਉਹਨਾਂ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰੀ ਹੈ, ਰਸ਼ਪਾਲ ਸਿੰਘ ਜੋੜੇ ਮਾਜਰੇ, ਉਹ ਕਹਿ ਰਹੇ ਹੈ ਕਿ ਸਾਡੇ ਸਾਨੂੰ ਤਾਂ ਧਰਮਵੀਰ ਗਾਂਧੀ ਕੋਈ ਕਾਂਗਰਸ ਜੁਆਇਨ ਕਰਨ ਦਾ ਮਨ ਨਹੀਂ, ਕੋਈ ਉਹਨਾਂ ਦਾ ਇਲੈਕਸ਼ਨ ਲੜਨ ਦਾ ਮਨ ਨਹੀਂ ਹੈ। ਉਹਨਾਂ ਨੂੰ ਪਹਿਲਾਂ ਵੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਸੀ ਉਹ ਵੀ ਧੱਕੇ ਨਾਲ ਲੜੇ ਸੀ, ਕਿਉਂਕਿ ਉਹਨਾਂ ਦੀ ਸਿਹਤ ਵਧੀਆ ਨਹੀਂ ਰਹਿੰਦੀ, ਨਾ ਉਹ ਕਾਂਗਰਸ ਦੀ ਨੀਤੀ ਉਹਨੂੰ ਪਸੰਦ ਕਰਦੇ ਹੈ, ਨਾ ਉਹ ਕਾਂਗਰਸ ਕਰਕੇ ਹੈ, ਉਹ ਤਾਂ ਸਿਰਫ ਰਾਹੁਲ ਗਾਂਧੀ ਕਰਕੇ ਹੈ। ਅਸੀਂ ਸਾਡੀ ਪਾਰਟੀ ਕੋਈ ਇਹੋ ਜਿਹੀ ਇੰਨੀ ਕਮਜ਼ੋਰ ਹੋ ਗਈ ਕਿ ਜਿਹੜਾ ਸ਼ਰਿਆਮ ਉਹਨਾਂ ਦਾ ਬੰਦਾ ਬੋਲ ਰਿਹਾ, ਰਸ਼ਪਾਲ ਸਿੰਘ ਜੋੜੇ ਮਾਜਰੇ ਬੋਲ ਰਿਹਾ ਕਿ ਗਾਂਧੀ ਜੀ ਕਾਂਗਰਸ ਨੂੰ ਪਸੰਦ ਨਹੀਂ ਕਰਦੇ, ਕਿ ਆਪਾਂ ਉਹਨਾਂ ਨੂੰ ਟਿਕਟ ਦਈਏ, ਇੱਥੇ ਲੀਡਰਾਂ ਦੀ ਕਮੀ ਹੋ ਗਈ ਸਾਡੇ ਪੰਜਾਬ 'ਚ, ਜ਼ਿਲ੍ਹੇ ਪਟਿਆਲੇ 'ਚ। ਤੁਸੀਂ ਕੀ ਚਾਹੁੰਦੇ ਹੋ, ਕਿਹਨੂੰ ਟਿਕਟ ਮਿਲਣੀ ਚਾਹੀਦੀ ਹੈ? ਸਾਡੇ ਇੱਥੇ ਕਾਂਗਰਸੀ ਲੀਡਰ ਬਹੁਤ ਹੈ ਜੀ, ਇੱਕ ਤੋਂ ਇੱਕ ਸੀਨੀਅਰ ਲੀਡਰ ਬੈਠਾ ਇੱਥੇ, ਉਹਨਾਂ ਨੂੰ ਦਿਓ ਟਿਕਟ। ਕੋਈ ਇੱਕ ਦੋ ਨਾਮ ਤੁਹਾਡੇ? ਨਾਮ ਕੀ, ਮੈਂ ਕਿਸੇ ਦਾ ਨਾਮ ਕੀ, ਸਾਡੇ ਮੈਂ ਤਾਂ ਕਹਿੰਦਾ ਮੈਨੂੰ ਦਿਓ ਟਿਕਟ, ਮੇਰੇ ਪੁਰਖੇ ਵੀ ਜੇਲ੍ਹ 'ਚ ਜਾ ਕੇ ਐਮਰਜੈਂਸੀ ਟਾਈਮ ਇੰਦਰਾ ਗਾਂਧੀ ਦੇ ਨਾਲ, ਠੀਕ ਹੈ, ਮੈਨੂੰ ਦਿਓ ਟਿਕਟ, ਅਸੀਂ ਕੀ ਟਿਕਟ ਇਲੈਕਸ਼ਨ ਲੜਨਾ ਨਹੀਂ ਜਾਣਦੇ? ਨਗਰ ਕੌਂਸਲ ਦੀ ਇਲੈਕਸ਼ਨ ਲੜਿਆ, MC ਬਣਿਆ, ਉਹ ਕੋਈ ਸੌਖੀ ਹੈ? ਜਿੰਨੀ ਛੋਟੀ ਇਲੈਕਸ਼ਨ ਹੈ ਸਭ ਤੋਂ ਔਖੀ ਹੁੰਦੀ ਹੈ। ਮੈਂ ਤਾਂ ਕਹਿੰਦਾ ਮੈਨੂੰ ਦਿਓ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਮੈਂ ਸਿਰਫ ਇਹ ਕਹਿੰਦਾ ਕਿ ਸੀਨੀਅਰ ਲੀਡਰਸ਼ਿਪ ਸਾਡੀ ਬੈਠੀ ਹੈ, ਟਕਸਾਲੀ ਕਾਂਗਰਸੀ ਹੈ, ਉਹਨੂੰ ਟਿਕਟ ਦਿਓ। ਸਰ ਨਹੀਂ, ਵਿਰੋਧ ਹੋਊਗਾ ਜੀ ਟਿਕਟ ਮਿਲਣ? ਹੈ ਜੀ, ਵਿਰੋਧ ਹੋਊਗਾ। ਦੇਖੋ, ਵਿਰੋਧ ਦੀ ਇਹ ਬਾਅਦ 'ਚ ਅਸੀਂ ਆਪਣੀ ਬੈਠ ਕੇ ਫੈਸਲਾ ਕਰਾਂਗੇ, ਠੀਕ ਹੈ, ਜਿਹੜਾ ਵੀ ਹੋਏਗਾ, ਜਿਵੇਂ ਪਾਰਟੀ ਹਾਈ ਕਮਾਂਡ ਨੂੰ ਅਸੀਂ ਉਹਨਾਂ ਦੀ ਗੱਲ ਨਹੀਂ ਮੋੜਾਂਗੇ, ਅਸੀਂ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਾਂ, ਜਿਹੜਾ ਵੀ ਇਹ ਠੀਕ ਹੈ ਟਿਕਟ ਦੇ ਦੇਣਗੇ, ਸਾਡੀ ਮਜਬੂਰੀ ਹੋਏਗੀ ਸਪੋਰਟ ਕਰਨਾ, ਪਰ ਉਹ ਦਿਲੋਂ ਨਹੀਂ ਹੋਏਗੀ ਸਪੋਰਟ, ਜਿੱਤੇ ਹੋਣਗੇ ਇਹ ਪਰਮਾਤਮਾ ਨੂੰ ਪਤਾ ਹੈ ਜੀ, ਇਹ ਵਕਤ ਦੱਸੇਗਾ, ਉਸ ਤੋਂ ਬਾਅਦ ਫੈਸਲਾ ਕਰਾਂਗੇ। ਇਹੀ ਕੁਐਸਚਨ ਮੇਨ 'ਚ ਜਹਿਨ ਇਹੀ ਕੁਐਸਚਨ ਕਰਦਾ, ਜੇ ਪਾਰਟੀ ਧਰਮਵੀਰ ਗਾਂਧੀ ਨੂੰ ਟਿਕਟ ਦਿੰਦੀ ਹੈ, ਜਿੰਨੇ ਟਕਸਾਲੀ ਆਗੂ ਉਰੇ ਇਕੱਠੇ ਹੋ ਕੇ ਉਹਨਾਂ ਦੀ ਖਿਲਾਫਤ ਕਰ ਰਿਹਾ, ਕੀ ਉਹ ਨਾ? ਦੇਖੋ ਜੀ, ਮੈਂ ਟਕਸਾਲੀ ਕਾਂਗਰਸੀ ਹਾਂ, ਚਾਹੇ ਮੈਂ, ਅਸੀਂ ਸਾਰੇ ਪਾਰਟੀ ਦੀ ਪੂਰੀ ਪਾਰਟੀ ਲਈ ਸੇਵਾ ਕਰਾਂਗੇ ਜੀ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਟਿਕਟ ਮਿਲਦੀ ਹੈ ਨਾਲ ਚੱਲੋਗੇ? ਬਿਲਕੁਲ, ਅਗਲੀ ਰਣਨੀਤੀ ਅਸੀਂ ਦੁਬਾਰਾ ਤੈਅ ਕਰਾਂਗੇ ਜੋ ਜਿਹੜੀ ਹੋਏਗੀ। ਇੱਕ ਵੀਡੀਓ ਹੋਰ ਆ, ਉਹ ਵੀ ਤੁਹਾਨੂੰ ਮੈਂ ਵੀਡੀਓ ਕਲਿੱਪ ਦਿਖਾ ਦੇਣਾ। ਗਾਂਧੀ ਜੀ ਨੇ ਇੱਕ ਗੱਲ ਕਹੀ ਕਿ ਮੈਂ ਕਿਸੇ ਦੇ ਭੋਗਾਂ 'ਚ ਨਹੀਂ ਜਾਣਾ,
ਮੈਂ ਕਿਸੇ ਦੇ ਦੁੱਖ ਸੁੱਖ 'ਚ ਨਹੀਂ ਖੜਨਾ, ਮੈਂ ਕਿਸੇ ਥਾਣੇ 'ਚ ਕਿਸੇ ਲਈ ਫੋਨ ਨਹੀਂ ਕਰਨਾ। ਮੇਰੇ 'ਤੇ ਪਰਚਾ ਹੋਇਆ, ਨਗਰ ਕੌਂਸਲ ਦਾ ਪ੍ਰਧਾਨ ਆ ਮੇਰੇ 'ਤੇ, ਦਿਖਾਉਂਦੇ ਹਾਂ ਤੁਹਾਨੂੰ ਸਾਰੀਆਂ ਵੀਡੀਓ ਦਿਖਾਉਂਦੇ ਹਾਂ, ਮੇਰੇ 'ਤੇ ਪਰਚਾ ਕਰਿਆ, ਮੇਰੇ 'ਤੇ ਪਰਚਾ ਹੋਇਆ। ਮੇਰੇ ਨਗਰ ਕੌਂਸਲ ਦੇ 4 MC ਉਹ ਥਾਣੇ ਉਹਦੇ ਜੇਲ੍ਹ 'ਚ ਰਹਿ ਕੇ 3 ਬੰਦਿਆਂ 'ਤੇ ਡਾਕਟਰ ਗਾਂਧੀ ਨੇ ਸ਼ਰਾਬ ਪਕੜਾਈ। ਉਹ ਸ਼ਰਾਬ ਦਾ ਕੇਸ ਉਦੋਂ ਖਤਮ ਨਹੀਂ ਹੋਇਆ, ਉਹ ਆ ਕੇ ਹੁਣ 2023 ਵਿੱਚ ਮੇਰੇ 'ਤੇ ਉਹ ਕੇਸ ਦੁਬਾਰਾ ਖੋਲ੍ਹ ਲਿਆ, ਸ਼ਰਾਬ ਮੇਰੇ 'ਤੇ ਕੇਸ ਪਾ ਤਾ ਮੇਰੇ ਕੌਂਸਲਰਾਂ ਨਾਲ, ਪ੍ਰੀਤ ਕੁੱਕਾ ਜੀ ਅਤੇ ਸ਼ੈਲ। ਸੁਣੋ ਗੱਲ, ਉਹ ਉਦੋਂ ਕੇਸ ਹੋਇਆ ਮੇਰੇ 'ਤੇ, ਮੈਂ ਚਲੋ ਮੇਰੀ ਜ਼ਮਾਨਤਾਂ ਕਰਾਈਆਂ, ਇਨਵੈਸਟੀਗੇਸ਼ਨ ਜੁਆਇਨ ਕਰੀ, ਸਾਡੀ ਜਿਹੜੀ ਜ਼ਿਲ੍ਹੇ ਦੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਆ ਕੇ ਮੇਰੇ ਨਾਲ ਖੜੀ, ਮੇਰੀ ਜ਼ਮਾਨਤਾਂ ਕਰਾਈਆਂ, ਹਰ ਮੇਰੇ ਘਰਦਿਆਂ ਦਾ ਹਾਲ ਚਾਲ ਪਿੱਛੇ ਖਿਆਲ ਰੱਖਿਆ। ਗਾਂਧੀ ਜੀ ਤਾਂ ਸ਼ਰੇਆਮ ਕਹਿ ਰਹੇ ਹਾਂ ਕਿ ਮੈਂ ਥਾਣੇ 'ਚ ਫੋਨ ਨਹੀਂ ਕਰਾਂਗਾ, ਕਿਸੇ ਦੇ ਦੁੱਖ ਸੁੱਖ 'ਚ ਨਹੀਂ ਜਾਵਾਂਗਾ। ਕੀ ਫਾਇਦਾ ਸਾਨੂੰ ਇਹੋ ਜਿਹੇ ਲੀਡਰ ਦਾ ਜੀ?